इंडिया क्राइम न्यूज़ देख रहे सारे ही दर्शकों का असी स्वागत करते हैं। इस वेले की वड्डी खबर आ रही है कादियां शहर तो, जिथे कि कादियां नगर कौंसल दे समूह कर्मचारियों दे वल्लों अपनियां मंगां नूं लैके पंजाब सरकार मुख्यमंत्री कैप्टन अमरिंदर सिंह दा पुतला साड़ के अर्थी फूक मुजहरा किया गया। दस दिए कि नगर कौंसल कादियां दफ्तर के बाहर अज कर्मचारियों के वलों अपनियां मंगां नूं लैके कैप्टन सरकार का पुतला साड़िया गया ते नाल ही अर्थी फूक मुजहरा किया गया। इस दौरान समूह सफाई कर्मचारी कादियां अते यूनियन प्रधान नंद लाल ने कहा कि जेकर उन्हां दियां मंगां जल्द ही सरकार ने पूरियां ना कीतियां तां आउण वाले दिनां दे विच संघर्ष नूं होर भी तेज़ कीता जाएगा। उन्हां कहा कि अज दी जो अर्थी फूक मुजहरा किया गया, तीन रोज़ा हड़ताल चलेगी, जिस विच अज पहले दिन नगर कौंसल कादियां दफ्तर के बाहर समूह कर्मचारियों के वलों पंजाब सरकार विरुद्ध अपनियां मंगां नूं लैके नारेबाजी की गई है अते नाल ही अर्थी फूक मुजहरा किया गया। देखते रहो इंडिया क्राइम न्यूज़ कादियां तो, पत्रकार गुरप्रीत सिंह दे नाल राजबीर कौर की खास रिपोर्ट। ਸਾਡੀ ਪੰਜਾਬ ਦੀ ਯੂਨੀਅਨ ਅਖਿਲ ਭਾਰਤੀ ਪੰਜਾਬ ਦੀ ਯੂਨੀਅਨ ਆ, ਉਹਦੇ ਸੰਬੰਧੀ ਅਸੀਂ ਜਿੱਦਾਂ ਉਹਨਾਂ ਨੇ ਸਾਨੂੰ ਕਿਹਾ ਵੀ ਤਿੰਨ ਦਿਨ ਦੀ ਹੜਤਾਲ ਵਾਸਤੇ ਕਿਹਾ, ਸਾਡੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਬਾਕੀ ਪੇ ਕਮਿਸ਼ਨ ਸੇਵਾ ਪੇ ਕਮਿਸ਼ਨ ਵਾਸਤੇ ਕਿਹਾ ਸੀਗਾ, ਉਹਨਾਂ ਨੇ ਕੋਈ ਸਾਡੀ ਡਿਮਾਂਡ ਇਹਨਾਂ ਮੰਗ ਨਹੀਂ ਮੰਨੀ, ਉਹਦੇ ਵਾਸਤੇ ਅਸੀਂ ਇਹ ਸੰਘਰਸ਼ ਕੀਤਾ ਕੱਚੇ ਮੁਲਾਜ਼ਮਾਂ ਵਾਸਤੇ। ਬਾਕੀ ਜਿੱਦਾਂ ਸਾਨੂੰ ਸਰਕਾਰ ਦਾ ਆਰਡਰ ਆਊਗਾ ਉੱਦਾਂ ਸਾਡੀ ਜਿੱਦਾਂ ਸਾਡੀ ਯੂਨੀਅਨ ਕਹੇਗੀ ਉੱਦਾਂ ਹੀ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਜੇ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਸਰਕਾਰ ਜੇਕਰ ਉਹ ਨਹੀਂ ਪੂਰੀਆਂ ਕਰਦੀ ਤਾਂ ਅਗਲਾ ਸੰਘਰਸ਼ ਤੁਹਾਡਾ ਕੀ ਹੋਏਗਾ? ਇਹਦੇ ਨਾਲ ਵੀ ਤੇਜ਼ ਹੋਏਗਾ, ਇਹਦੇ ਨਾਲ ਵੀ ਤੇਜ਼ ਕਰਾਂਗੇ। ਜੇ ਸਰਕਾਰ ਨਾ ਮੰਨੇਗੀ ਤਾਂ ਇਹਦੇ ਨਾਲ ਵੀ ਤੇਜ਼ ਕਰਾਂ ਕੀਤਾ ਜਾਏਗਾ। ਇਹੋ ਹੀ ਸਾਡੀ ਸਰਕਾਰ ਅੱਗੇ ਬੇਨਤੀ ਆ, ਜੇ ਵੀ ਕੱਚੇ ਮੁਲਾਜ਼ਮ ਇਹਨਾਂ ਨੂੰ ਪੱਕੇ ਕੀਤਾ ਜਾਵੇ ਅਤੇ ਸਾਡੇ ਜਿਹੜੇ ਮੁਲਾਜ਼ਮਾਂ ਦੀਆਂ ਜਿਵੇਂ ਪੇ ਕਮਿਸ਼ਨ ਦਾ ਰਿਪੋਰਟ ਆ ਉਹ ਦਿੱਤੀ ਜਾਵੇ, ਡੀ ਏ ਬੜੇ ਜਮ੍ਹਾਂ ਹੋਏ ਉਹ ਦਿੱਤੇ ਜਾਣ, ਅਤੇ 2004 ਤੋਂ ਜਿਹੜੀ ਪੈਨਸ਼ਨ ਬੰਦ ਕੀਤੀ ਗਈ ਮੁਲਾਜ਼ਮਾਂ ਦੀ ਉਹ ਲਾਗੂ ਕੀਤੀ ਜਾਵੇ। ਇਹ ਸਾਡੀਆਂ ਮੰਗਾਂ ਵਾ, 5-7 ਮੰਗਾਂ ਆਉਂਦੀਆਂ ਅਤੇ ਉਹ ਸਾਡੀ ਸਰਕਾਰ ਸਾਡੀਆਂ ਮੰਨ ਲਵੇ। 3 ਦਿਨ ਦੀ ਸਾਡੀ ਹੜਤਾਲ ਵਾ, 28, 29 ਅਤੇ 30 ਤੱਕ, ਉਹ ਤੋਂ ਬਾਅਦ ਜੋ ਵੀ ਯੂਨੀਅਨ ਦਾ ਸਾਨੂੰ ਸੁਨੇਹਾ ਆਏਗਾ ਅੱਗੋਂ ਫਿਰ ਉਹਦੇ ਮੁਤਾਬਕ ਅਸੀਂ ਫਿਰ ਵੀ ਹੜਤਾਲ ਕਰਾਂਗੇ ਜਿਸ ਤਰ੍ਹਾਂ ਹੋਏਗਾ। ਨੁਮਾਇੰਦਿਆਂ ਦਾ, ਪ੍ਰਧਾਨਾਂ ਦਾ, ਪੰਜਾਬ ਦੇ ਪ੍ਰਧਾਨ ਜਿਹੜੇ ਸਾਡੇ ਯੂਨੀਅਨ ਦੇ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ